हाँ जी, साडा नाम जी भाई निर्मल सिंह। अज बस का हादसा होया, की कहना चाहोगे? की कहना चाहवांगे, सरकार दीआं अणगहिलियां जी। ये सरकार जिहड़ी आ सड़कां ते साडे को असीं अपना कोई वहीकल लैंदे आ ते साडा उहदा पहलां ही टैक्स भी लिया जांदा, सारा रोड टैक्स लिया जांदा है, ते पर सड़क दे उत्ते सानूं कोई सहूलत नहीं है। जिथे जाओ अमृतसर तक जाने आ ते सड़क दे हमेशा खड्डे मिलदे आ। ये भी सड़क नूं तकरीबन 2 महीने हो गए बणदी नूं इत्थे, ते राह दे विच अनेकां जगां ते पुट्टी होई आ, 5-6 किलोमीटर का टोटा वा। रोजाना ही हादसे इत्थे वापरदे ने, तकरीबन 4-5 तों जिहड़े आ एक्सीडेंट हुंदे ने। असीं तां यही चाहुंदे आ कि इहनूं पहल दे आधार ते पहलां सड़क नूं बणाया जावे ते जान माल की राखी की जाए। संगत जी, जिहड़ी आ बस पलटी है, इहदे विच सवारियां किन्नियां सन? ਸਵਾਰੀਆਂ ਤਕਰੀਬਨ ਕਿੰਨੀਆਂ? 25 ਦੀ ਹੋਣੀਆਂ ਮੈਂ, 25 ਸਵਾਰੀਆਂ ਹੈਗੀਆਂ ਜੀ। ਕਿੱਥੇ ਕਿੱਥੇ ਭੇਜਿਆ ਗਿਆ ਉਹਨਾਂ ਨੂੰ? ਅੰਮ੍ਰਿਤਸਰ ਉਹਨਾਂ ਨੂੰ, ਅਮਨਾ ਹਸਪੀਟਲ ਹੈ ਉੱਥੇ ਆ, ਕੁਝ ਹੋਰ ਇੱਦਾਂ ਜਿੱਥੇ ਜਿੱਥੇ ਲੈ ਗਏ ਹੁਣ ਆਪਣੇ ਐਂਬੂਲੈਂਸ ਵਾਲੇ ਜੀ। ਲੇਡੀ ਸਵਾਰੀਆਂ ਨੂੰ ਜ਼ਿਆਦਾ ਛੱਡਾਂ ਵਾ, ਨੌਜਵਾਨ ਜਿਹੜੇ ਆਈ ਮਰਦ ਉਹ ਤੇ ਚਲੇ ਗਏ, ਉਹ ਆਪਣੇ ਬਾਅਦ 'ਚ ਹੈਗਾ ਉਹਨਾਂ ਦਾ। ਹਾਂਜੀ, ਮਾਮੂਲੀ ਛੱਟਾਂ ਜਾ, ਕੋਈ ਸੀਰੀਅਸ ਮਰੀਜ਼ ਨਹੀਂ ਜਿਹੜਿਆ ਉਹ। ਚਲੋ, ਨੌਜਵਾਨਾਂ ਦੀ ਮਦਦ ਨਾਲ ਕੱਢ ਕੇ ਉਹਨਾਂ ਨੂੰ ਜਲਦੀ ਜਿਹੜਾ ਅੰਮ੍ਰਿਤਸਰ ਪਹੁੰਚਾ ਦਿੱਤਾ ਗਿਆ। ਮੰਗ ਇਹੀ ਹੈ ਸਾਡੀ ਸਰਕਾਰ ਤੋਂ ਕਿ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ। ਸਾਡਾ ਨਗਰ ਜਿਹੜਾ ਬਿਲਕੁਲ ਪਿੰਡ ਅੱਧਾ ਉੱਧਰ ਅੱਧਾ ਉੱਧਰ ਆ, ਇੱਥੇ ਅਨੇਕਾਂ ਹਾਦਸੇ ਜਿਹੜੇ ਰੋਜ਼ਾਨਾ ਵਾਪਰਦੇ ਆ ਅਤੇ ਆਵਾਜਾਈ ਬੜੀ ਹੁੰਦੀ ਆ, ਇੱਕ ਕੱਟ ਆ ਕੱਟਦਾ ਕਰਨ। ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਇਹਨੂੰ ਜਿਹੜਾ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ ਅਤੇ ਜਿਹੜੇ ਮਹਿਕਮੇ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਇੰਨਾ ਕੰਮ ਜਿਹੜਾ ਹੌਲੀ ਕਿਉਂ ਚੱਲ ਰਿਹਾ ਇਸ ਵਾਸਤੇ? ਹਾਂਜੀ ਸਰ, ਜਿਹੜਾ ਬੱਸ ਪਲਟੀ ਹੈ, ਕਦੋਂ ਤੁਹਾਨੂੰ ਸੂਚਨਾ ਮਿਲੀ ਤਾਂ ਕੀ? ਇਹ ਬੱਸ ਅੰਮ੍ਰਿਤਸਰ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀਗੀ, ਇੱਥੇ ਪਹੁੰਚ ਕੇ ਬੱਸ ਦਾ ਜਿਹੜਾ ਟਾਇਰ ਜਿਹੜਾ ਰਾਈਟ ਸਾਈਡ ਵਾਲਾ ਫਰੰਟ ਵਾਲਾ ਉਹ ਅਚਾਨਕ ਬ੍ਰਸ਼ ਕਰ ਗਿਆ, ਜਿਹਦੇ ਕਰਕੇ ਜਿਹੜੀ ਹੈ ਬੱਸ ਜਿਹੜੀ ਹੈ ਡਿਵਾਈਡਰ ਦੇ ਉੱਤੇ ਪਲਟ ਗਈ। ਸਰ, ਕਿੰਨੀਆਂ ਕੁ ਸਵਾਰੀਆਂ ਸਨ ਇਹਦੇ 'ਚ? ਸਵਾਰੀਆਂ ਇਹਦੇ 'ਚ ਲਗਭਗ 25-30 ਸਵਾਰੀਆਂ ਸੀਗੀਆਂ, ਉਹਨਾਂ ਦੇ ਵਿੱਚੋਂ 12 ਤੋਂ 15 ਸਵਾਰੀਆਂ ਇੰਜਰਡ ਹੋਈਆਂ ਨੇ ਅਤੇ 6-7 ਸਵਾਰੀਆਂ ਜਿਹੜੀਆਂ ਜ਼ਿਆਦਾ ਇੰਜਰਡ ਨੇ। ਅਤੇ ਉਹਨਾਂ ਨੂੰ ਕਿੱਥੇ ਰੈਫਰ ਕੀਤਾ ਗਿਆ? ਉਹਨਾਂ ਨੂੰ ਹੋਸਪਿਟਲ ਅੰਮ੍ਰਿਤਸਰ ਰੈਫਰ ਕੀਤਾ। ਅਤੇ ਸਰ, ਜਿਹੜਾ ਡਰਾਈਵਰ ਸੀ ਉਹ ਕੰਡਕਟਰ ਸੀ ਉਹ ਵੀ ਸਾਰੇ ਇੱਥੇ, ਕੋਈ ਕੈਜੁਅਲਟੀ ਨਹੀਂ ਹੋਈ ਹੈ ਮੌਕੇ ਦੇ ਉੱਤੇ ਅਤੇ ਹੋਸਪਿਟਲ ਤੋਂ ਅਜੇ ਕੋਈ ਇਨਫੋਰਮੇਸ਼ਨ ਅਥੈਂਟੀਕੇਟਡ ਆਈ ਨਹੀਂ।